ਬਿਸਮਿਲ੍ਲਾਹ ਰਹਿਮਾਨ ਰਹੀਮ ਅਸੀਂ ਜੀ ਅੱਜ ਪੇਂਟਿੰਗ ਜਿਹੜੀ ਇਹ ਬਣਾਵਾਂਗਾ ਔਰ ਨਾਈਫ ਵਰਕ ਇਹਦੇ ਨੀਚੇ ਰੰਗ ਜਿਹੜਾ ਲਗਾਉਣਾ ਹੁੰਦਾ ਹਲਕਾ ਜਿਹਾ ਕਰਮਿਤਾ ਨਾਲ ਥੋੜ੍ਹੀ ਜਿਹੀ ਨਾ ਜਾਮ ਨੂੰ ਥੋੜ੍ਹੀ ਗਰਮ ਬਸ 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 ਜਾਮ ਨੂੰ ਵੀ ਨਾ ਥੋੜ੍ਹੀ ਜਿਹੀ ਥੋੜ੍ਹਾ ਜਿਹਾ ਕੱਢੋ
ਲੋ ਜੀ ਇਹ ਇਹਦੀ ਬਣ ਗਈ ਗਰਾਊਂਡ ਅਸੀਂ ਹੁਣ ਇਹਦੇ ਉੱਪਰ ਜਿਹੜਾ ਨਾ ਜੀ ਲਫ਼ਜ਼ ਲਿਖਣਾ ਵਾ ਸਿਰਫ ਚਫਟੀ ਫੜਨਾ ਇੱਥੇ ਲਾਉਣ ਵਾਸਤੇ ਨਾ ਡੱਕੀ ਧਰਾ ਦੀ ਜਿਹੜਾ ਕਲਮ ਸਾਫ਼ ਕਰਨ ਵਾਸਤੇ ਅਸੀਂ ਦਿਖਾਉਣਾ ਜ਼ਰਾ ਉਹ ਜੇਰਾ ਜ਼ਬਰਾਂ ਪਾ ਲਈਆਂ ਹਲੋ ਤੇ ਜ਼ਬਰ ਹੋਣੇ ਬਹੁਤ ਜ਼ਬਰ ਸਗਰਬ ਦੇ ਕਾਲੇ ਪਿਆਰ ਰਹਿਮਾਨ ਨਿਕਲੇ
المصدر له. عليك الزبن ريت البيش دو نام لکھنے ہیں
ਲੋ ਜੀ ਪੇਂਟਿੰਗ ਮੁਕੰਮਲ ਹੋ ਗਈ, ਅਸੀਂ ਸਾਈਨ ਕਰ ਦਈਏ। ਇਹ ਅਸੀਂ ਨਾਈਫ ਵਰਕ ਜਿਹੜਾ ਕੀਤਾ ਉਹ ਕੀਤਾ, ਹੁਣ ਇਸ ਤੋਂ ਬਾਅਦ ਥੋੜ੍ਹਾ ਜਿਹਾ ਬੁਰਸ਼ ਦੇ ਨਾਲ ਵੀ ਕਰਾਂਗੇ ਤਾਂ ਕਿ ਇਹ ਸਾਈਡਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਔਕਰ ਕਰਨਾ ਪੀ ਲੈ ਲੈਮਨ ਲੈਮਨ ਕਰ ਕਰਨਾ ਥੋੜ੍ਹਾ ਜਿਹਾ ਲਾਈਟ ਗ੍ਰੀਨ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਪੈਲ ਥੋੜ੍ਹਾ ਜਿਹਾ ਰੰਗ ਵੀ ਜੀ ਉਹਨੇ ਕੀ ਕੱਢਣੇ ਚਾਹੀਦੇ ਜਿੰਨੇ ਕਿ ਇਸਤੇਮਾਲ ਹੋ ਜਾਣ, ਬਾਅਦ ਉਸ ਨੇ ਰੰਗ ਇੰਨੇ ਕੱਢ ਕੇ ਬਾਅਦ 'ਚ ਜ਼ਾਇਆ ਹੀ ਹੁੰਦੇ ਨੇ। ਸਾਡੇ ਜੀ ਦੋਸਤ ਨੇ ਜਿਨ੍ਹਾਂ ਨੂੰ ਨਮਾਇਸ਼ ਦੇ ਉੱਤੇ ਉਹਨਾਂ ਨੇ ਤਾਵਨ ਵਾਸਤੇ ਸਾਡੀ ਤਨਜ਼ੀਮ ਨੂੰ ਕਾਫੀ ਤਾਵਨ ਕੀਤਾ ਔਰ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਜੀ ਇਹਦੇ ਵਿੱਚ ਲਗਾ ਦਈਏ ਤੁਹਾਡਾ ਕੋਈ ਤਾਵਨ, ਕਹਿੰਦੇ ਜੀ ਤਾਵਨ ਕੋਈ ਨਹੀਂ ਲਗਾਉਣਾ ਸਾਡਾ, ਬਸ ਤੁਸੀਂ ਆਹ ਜਿਹੜਾ ਸਾਡਾ ਹਿੱਸਾ ਨਾ ਕਬੂਲ ਕਰੋ। ਅਸੀਂ ਫਿਰ ਸੋਚਿਆ ਵੀ ਇਹਨਾਂ ਨੂੰ ਇੱਕ ਪੇਂਟਿੰਗ ਜਿਹੜੀ ਬਣਾਈ ਹੈ ਉਹ ਨਮਾਇਸ਼ 'ਤੇ ਉਹਨਾਂ ਨੂੰ ਗਿਫਟ ਭੇਜ ਕਰੀਏ, ਉਹਨਾਂ ਨੇ ਬੇਲੋਸ ਹੋ ਕੇ ਸਾਡੇ ਨਾਲ ਇਹ ਤਾਵਨ ਕੀਤਾ ਵਾ।